ਗੁਰੂ ਪਿਆਰੀ ਸਾਧ ਸੰਗਤ ਜੀਓ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਇਸ ਵਕਤ ਆਪਾਂ ਜੋ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਿਆਰਿਓ ਦਿਨ ਰਾਤ ਪਾਠ ਕਰਨ ਤੇ ਬੰਦਾ ਕਹਿੰਦਾ ਜੀ ਫਿਰ ਵੀ ਦੁੱਖ ਕਿਉਂ ਨੇ ਜੀ ਮੈਨੂੰ ਦੁੱਖ ਹੀ ਕਿਉਂ ਮਿਲੇ ਨੇ ਇਹ ਗਿਲਾ ਇਹ ਸ਼ਿਕਵਾ ਪਰਮਾਤਮਾ ਦੇ ਨਾਲ ਫਿਰ ਵੀ ਕਿਉਂ ਹੁੰਦਾ ਸੋ ਅੱਜ ਆਪਾਂ ਇਸ ਵਿਸ਼ੇ ਤੇ ਵੇਣਤੀਆਂ ਸਾਂਝੀਆਂ ਕਰਨੀਆਂ ਨੇ ਸਾਰੇ ਜਾਣੇ ਫਤਿਹ ਬਲਾਉ ਜੀ ਪਹਿਲਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਬੰਦਾ ਪਾਠ ਕਰਦਾ ਤੇ ਨਿਤਨੇਮ ਕਰਦਾ ਗੁਰੂ ਘਰ ਵੀ ਜਾਂਦਾ ਸਾਰੇ ਜਾਂਦੇ ਨੇ ਪਾਵੇਂ ਰੋਜ਼ ਜਾਂਦਾ ਕੋਈ ਪਾਵੇਂ 2 ਦਿਨ ਬਾਅਦ ਜਾਂਦਾ ਪਾਵੇਂ ਹਫਤੇ ਬਾਅਦ ਬੜੇ ਅਜੇਹੇ ਨੇ ਜਿਹੜੇ ਮਹੀਨੇ ਬਾਅਦ ਜਾਂਦੇ ਨੇ ਅਜੇਹੇ ਵੀ ਨੇ ਜਿਹੜੇ ਸਾਲ ਸ਼ਿਮਾਹੀ ਵਾਲੇ ਨੇ ਬੜੇ ਇਹੋ ਜਿਹੇ ਬੰਦੇ ਆ ਸੋ ਗੁਰਮੁਖ ਪਿਆਰਿਓ ਮੈਂ ਇੱਥੇ ਬੇਨਤੀ ਜਿਹੜੀ ਐ ਮੈਂ ਸਾਂਝੀ ਕਰਨ ਲੱਗਿਆ ਕਿ ਸਾਡਾ ਸਵਾਲ ਹੁੰਦਾ ਕਿ ਜੀ ਅਸੀਂ ਸਤਿਗੁਰੂ ਨੂੰ ਬਹੁਤ ਜ਼ਿਆਦਾ ਮੰਨਦੇ ਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਬਹੁਤਾ ਮੰਨਦੇ ਆ ਜੀ ਅਸੀਂ ਤੇ ਕਿਸੇ ਨੂੰ ਮਾਨਤਾ ਹੀ ਨਹੀਂ ਦਿੰਦੇ ਗੁਰਬਾਣੀ ਵੀ ਬਹੁਤ ਪੜਦੇ ਆ ਨਿਤ ਨੇਮਤੇ ਕਦੇ ਛੱਡਿਆ ਹੀ ਹੈ ਨਹੀਂ ਗੁਰਦੁਆਰੇ ਜਾਣਾ ਤੇ ਕਦੇ ਛੱਡਿਆ ਹੀ ਹੈ ਨਹੀਂ ਪਾਤਸ਼ਾਹ ਕੋਲ ਤੇ ਰੋਜ਼ ਹੀ ਜਾਈਦਾ ਗੁਰਦੁਆਰਾ ਸਹਿਬ ਜਾਈਦਾ ਸੋ ਗੁਰਮਖ ਪਿਆਰਿਓ ਮੈਂ ਇਥੇ ਇੱਕ ਬੇਨਤੀ ਜਿਹੜੀ ਹੈ ਜਰੂਰ ਸਾਂਝੀ ਕਰ ਦੇਵਾ ਗੁਰਦੁਆਰਾ ਸਹਿਬ ਵੀ ਜਾਈਦਾ ਪਾਠ ਵੀ ਕਰੀਦਾ ਨਿਤਨੇਮ ਵੀ ਕਰੀਦਾ ਨਾਗਾ ਨਹੀਂ ਪਾਈਦਾ ਸੋ ਪਿਆਰਿਓ ਫਿਰ ਵੀ ਬੰਦਾ ਕਹਿੰਦਾ ਦੁੱਖ ਕਿਉਂ ਨੇ ਉਹਦਾ ਕਾਰਨ ਪਤਾ ਕੀ ਹੈ ਇਥੇ ਬੇਨਤੀ ਨੂੰ ਸਮਝ ਲਿਓ ਮਾਨੋ ਆਪਾਂ ਕਿਤੇ ਸਰਕਾਰੀ ਦਫਤਰ ਦੇ ਵਿੱਚ ਬੈਠੇ ਆਂ ਉਧਰੋਂ ਆਪਣੇ ਨਾਮ ਦੀਆਂ ਆਵਾਜ਼ਾਂ ਪੈ ਰੀਆਂ ਨੇ ਤੇ ਆਪਾਂ ਧੁੱਤ ਗਲਤਾਨ ਗੱਲਾਂ ਦੇ ਵਿੱਚ ਹੋਏ ਬੈਠੇ ਆਂ ਤੇ ਉਨੇ ਆਵਾਜ਼ਾਂ ਦਿੱਤੀਆਂ ਅਸੀਂ ਸੁਣੀਆਂ ਨਹੀਂ ਉਹਨੇ ਅਗਲੇ ਬੰਦੇ ਨੂੰ ਬੁਲਾ ਲਿਆ ਤੇ ਬਾਅਦ ਵਿੱਚ ਅਸੀਂ ਕਹੀਏ ਕਿ ਜੀ ਸਾਨੂੰ ਤੇ ਬੁਲਾਇਆ ਹੀ ਹੈ ਨਹੀਂ ਉਹ ਕਵੇ ਵੀ ਤੈਨੂੰ ਆਵਾਜ਼ ਤੇ ਦਿੱਤੀ ਸੀ ਤੈਨੂੰ ਬੁਲਾਇਆ ਤੇ ਸੀ ਪਰ ਤੂੰ ਸੁਣਿਆ ਹੀ ਨਹੀਂ ਹੁਣ ਜੇ ਤੂੰ ਇੱਥੇ ਸੀ ਆਪਾਂ ਕਹੀਏ ਵੀ ਨਹੀਂ ਨਹੀਂ ਮੈਂ ਤੇ ਇੱਥੇ ਹੀ ਮੌਜੂਦ ਸੀ ਜੀ ਤੁਸੀਂ ਆਵਾਜ਼ ਨਹੀਂ ਮਾਰੀ ਆਪਾਂ ਕਸੂਰ ਉਹਨਾਂ ਦੀ ਕੱਢੀਏ ਉਹ ਬੰਦਾ ਕਹੂਗਾ ਮੈਂ ਆਵਾਜ਼ਾਂ ਦਿੱਤੀਆਂ ਸੀ ਤੂੰ ਉੱਥੇ ਮੌਜੂਦ ਨਹੀਂ ਸੀ ਜੇ ਤੂੰ ਮੌਜੂਦ ਹੁੰਦਾ ਤੇ ਮੇਰੀ ਆਵਾਜ਼ ਸੁਣ ਕੇ ਆਉਂਦਾ ਨਾ ਉਹ ਕਹੇ ਵੀ ਨਹੀਂ ਮੈਂ ਤੇ ਉੱਥੇ ਹੀ ਮੌਜੂਦ ਸਾਂ ਪਰ ਉੱਥੇ ਮੌਜੂਦ ਸੀ ਮਨ ਕਰਕੇ ਮਨ ਕਿਧਰੇ ਹੋਰ ਫਿਰਦਾ ਸੀ ਗੱਲਾਂ 'ਚ ਟਿਕਿਆ ਹੋਇਆ ਸੀ ਇਸ ਕਰਕੇ ਸਰੀਰ ਕੱਲਾ ਮਜਬੂਰ ਸੀ ਸਰੀਰ ਨੇ ਉਹ ਆਵਾਜ਼ ਨਹੀਂ ਸੁਣੀ ਆਪਾਂ ਗਲਤੀ ਕੀਤੀ ਵੀ ਤੂੰ ਤੇ ਆਵਾਜ਼ ਹੀ ਨਹੀਂ ਮਾਰੀ ਉਹ ਕਹੂਗਾ ਭਾਈ ਮੈਂ ਆਵਾਜ਼ ਮਾਰੀ ਉਹ ਆਣ ਦੂਸਰਿਆਂ ਨੂੰ ਪੁੱਛੂਗਾ ਵੀ ਭਾਈ ਇਹ ਨਾਮ ਦੀ ਆਵਾਜ਼ ਵੱਜੀ ਸੀ ਕਿ ਨਹੀਂ ਵੱਜੀ ਮੈਂ ਆਵਾਜ਼ ਦਿੱਤੀ ਸੀ ਉਹ ਕਹਿਣਗੇ ਵੀ ਹਾਂ ਆਵਾਜ਼ ਦਿੱਤੀ ਸੀ ਤੂੰ ਨਹੀਂ ਸੁਣੀ ਤੇ ਭਾਈ ਇਹਦੇ ਵਿੱਚ ਮੇਰਾ ਕਸੂਰ ਥੋੜਾ ਏ ਸੋ ਪਿਆਰਿਓ ਇੱਥੇ ਮੈਂ ਬੇਨਤੀ ਕਰਾਂ ਵੀ ਨਿਤਨੇਮ ਵੀ ਕਰਦੇ ਆ ਗੁਰੂ ਘਰ ਵੀ ਜਾਣੇ ਆ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਦੇ ਆ ਪਿਆਰਿਓ ਸਵਾਲ ਹੈ ਕਿ ਸਾਨੂੰ ਇਹਨਾਂ ਦੁੱਖ ਕਿਉਂ ਆਏ ਸਾਡੇ ਉੱਪਰ ਗੁਰੂ ਇੰਨੀ ਕਰੋਪੀ ਕਿਉਂ ਕਰਦਾ ਹੈ ਸਾਡੇ ਉੱਪਰ ਇਹ ਦੁੱਖ ਕਿਉਂ ਆ ਗਏ ਉਲਾਮਬਾ ਵੀ ਦੇ ਦੰਨੇ ਆ ਤੋ ਸਾਧ ਸੰਗਤ ਇੱਕ ਬੇਨਤੀ ਨੂੰ ਜ਼ਰੂਰ ਸਮਝ ਲੈਣਾ ਕਿ ਆਪਾਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਗੁਰੂ ਦੀ ਨਹੀਂ ਮੰਨਦੇ ਗੁਰਬਾਣੀ ਵੀ ਪੜਦੇ ਆ ਪਰ ਧਿਆਨ ਨਾਲ ਸਮਝਿਆ ਨਹੀਂ ਪਾਤਸ਼ਾਹ ਕਹਿੰਦੇ ਨੇ ਸੁਣੇ ਐ ਦੁੱਖ ਪਾਪ ਕਾ ਨਾਸ ਸੁਣਿਆ ਜੇ ਤੂੰ ਸੁਣ ਲਿਆ ਨਾ ਸੁਣਿਆ ਮੰਨਿਆ ਮਨ ਕੀਤਾ ਭਾਉ ਸੁਣਿਆ ਵੀ ਸੁਣ ਕੇ ਤੂੰ ਮੰਨ ਲਿਆ ਤੇ ਫਿਰ ਵੀ ਨਾ ਕੀਤਾ ਪਾਤਸ਼ਾਹ ਕਿੰਨੇ ਦੇ ਵਿੱਚ ਗੁਰੂ ਦਾ ਕਸੂਰ ਨਹੀਂ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ ਤੇਰੇ ਮਨ ਨੂੰ ਚੰਗਾ ਲੱਗਿਆ ਤੇ ਗੁਰੂ ਦੀ ਗੱਲ ਸੁਣ ਲਈ ਜੇ ਤੈ ਮਨ ਲਈ ਤੇਰੇ ਵੇੜੇ ਪਾਰ ਨੇ ਪਰ ਜੇ ਤੂੰ ਰੋਜ਼ ਸੁਣਦਾ ਵੀ ਰਿਆ ਬੋਲਦਾ ਵੀ ਰਿਹਾ ਪਰ ਉਸ ਮਾਰਗ ਤੇ ਨਾ ਨਾ ਚੱਲਿਆ ਪਾਤਸ਼ਾਹ ਕਹਿੰਦੇ ਦੇ ਵਿੱਚ ਗੁਰੂ ਦੀ ਗਲਤੀ ਨਹੀਂ ਹੈਗੀ ਗੁਰੂ ਨੂੰ ਜ਼ਿੰਮੇਵਾਰ ਨਾ ਠਹਿਰਾਹੀ ਸਜਣਾ ਜ਼ਿੰਮੇਵਾਰ ਹੀ ਨਾ ਗੁਰੂ ਨੂੰ ਦੇਈ ਇਹ ਨਾ ਕਹਿਣੀ ਕਿ ਗੁਰੂ ਜ਼ਿੰਮੇਵਾਰ ਹੈ ਪਾਤਸ਼ਾਹ ਕਹਿੰਦੇ ਗੁਰੂ ਨਹੀਂ ਜ਼ਿੰਮੇਵਾਰ ਜਦੋਂ ਤੂੰ ਸੁਣਿਆ ਹੀ ਹੈ ਨਹੀਂ ਕਾਹੇ ਕੀ ਕੁਸਲਾਤ ਹੱਥ ਦੀਪ ਕੂਏ ਪਰ ਪਾਤਸ਼ਾਹ ਕਹਿੰਦੇ ਜੇ ਹੱਥ ਦੇ ਵਿੱਚ ਦੀਵਾ ਲੈ ਕੇ ਵੀ ਚਾਨਣ ਮਨਾਰਾ ਹੁੰਦਿਆ ਹੋਇਆ ਵੀ ਤੂੰ ਤੁਰ ਰਿਹਾ ਨਾ ਤੈਨੂੰ ਪਤਾ ਲੱਗਿਆ ਵੀ ਅੱਗੇ ਟੋਆ ਆ ਤੇ ਫਿਰ ਵੀ ਤੂੰ ਜਾ ਕੇ ਟੋਏ ਚ ਡਿੱਗ ਜੇਂ ਤੇ ਸਜਣਾ ਕਸੂਰ ਤੂੰ ਦੀਵੇ ਦਾ ਕੱਢੇ ਪਾਦਸ਼ਾਹ ਕਹਿੰਦੇ ਮੂਰਖ ਪੱਤੀ ਐ ਦੀਵੇ ਨੇ ਤੇ ਕੰਮ ਕਰਨਾ ਸੀ ਚਾਨਣ ਦਾ ਰੌਸ਼ਨੀ ਵਿਖਾਉਣ ਦਾ ਤੈਨੂੰ ਵਿਖਾਤੀ ਕਿ ਅੱਗੇ ਭਾਈ ਰੌਸ਼ਨੀ ਐ ਦੇਖ ਅੱਗੇ ਟੋਆ ਆ ਜੇ ਅੱਗੇ ਜਾਏਗਾ ਡਿੱਗ ਪਏਗਾ ਟੋਏ ਦੇ ਵਿੱਚ ਤੂੰ ਡਿੱਗਿਆ ਤੇ ਦੀਵੇ ਨੇ ਆਪਣਾ ਕੰਮ ਕਰਤਾ ਸੀ ਪਰ ਤੂੰ ਨਹੀਂ ਆਪਣਾ ਕੰਮ ਕਰਿਆ ਇਹਦੇ ਵਿੱਚ ਦੀਵੇ ਦਾ ਕਸੂਰ ਨਹੀਂ ਕਸੂਰ ਤੇਰਾ ਨਿਕਲਣਾ ਆ ਸੋ ਗੁਰਮਖ ਪਿਆਰਿਓ ਗੁਰਬਾਣੀ ਵੀ ਪੜ੍ਹੀ ਗੁਰੂ ਘਰ ਵੀ ਗਏ ਸੇਵਾਵਾਂ ਵੀ ਕੀਤੀਆਂ ਤੇ ਫਿਰ ਵੀ ਦੁੱਖ ਕਿਉਂ ਨੇ ਪਤਾ ਕਿਉਂ ਨੇ ਅਸੀਂ ਗੁਰੂ ਦੀ ਸੁਣੀ ਨਹੀਂ ਜੇ ਸੁਣੀਏ ਤੇ ਮੰਨੀ ਨਹੀਂ ਬਸ ਫਰਕ ਇੰਨਾ ਕੁ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਨੀ ਸੁਣੀ ਤੇ ਅਸੀਂ ਸੁਣੀ ਜੇ ਹੈ ਤੇ ਮੰਨੀ ਨਹੀਂ ਫਰਕ ਤੇ ਇੱਥੇ ਹੈ ਤੇ ਪਿਆਰਿਓ ਫਿਰ ਅਸੀਂ ਉਲੰਭਾ ਦੰਨਿਆ ਵੀ ਗੁਰੂ ਪਾਤਸ਼ਾਹ ਨੇ ਤੇ ਕਿਰਪਾ ਹੀ ਨਹੀਂ ਕੀਤੀ ਜੀ ਸਾਡੇ ਤੇ ਕਿਰਪਾ ਹੀ ਨਹੀਂ ਹੋਈ ਜੀ ਸਾਡੇ ਤੇ ਤਾਂ ਸੋ ਗੁਰਮਖੋ ਕਿਰਪਾ ਕਿਥੋਂ ਹੋਣੀ ਹੈ ਉਹਦੀ ਸੁਣੀ ਨਹੀਂ ਨਾ ਜੇ ਸੁਣੀ ਹੁੰਦੀ ਤੇ ਗੱਲ ਬਣ ਜਾਣੀ ਸੀ ਜੇ ਸੁਣੀ ਹੁੰਦੀ ਤੇ ਬਹੁਤ ਕੁਝ ਹੱਲ ਹੋ ਜਾਣਾ ਸੀ ਪਰ ਪਿਆਰਿਓ ਉਹਦੀ ਤੇ ਸੁਣੀ ਹੈ ਨਹੀਂ ਉਹਦੀ ਤੇ ਮੰਨੀ ਹੀ ਹੈ ਨਹੀਂ ਸੋ ਪਿਆਰਿਓ ਇਥੇ ਕੋਈ ਫਰਕ ਪੈਂਦਾ ਹੈ ਬੜੇ ਅਜਿਹੇ ਬੰਦੇ ਨੇ ਬਾਬਾ ਜੀ ਅਸੀਂ ਬੜਾ ਦਾਨ ਦਿੱਤਾ ਬਾਬਾ ਜੀ ਬੜਾ ਚੜਾਵਾ ਵੀ ਚੜਾਇਆ ਬਾਬਾ ਜੀ ਅਸੀਂ ਤੇ ਲੰਗਰ ਵੀ ਲਾਤੇ ਵੱਡੇ ਵੱਡੇ ਯੱਗ ਵੀ ਕਰਤੇ ਸੋ ਮੈਂ ਬੇਨਤੀ ਕਰਨੀ ਚਾਹੁੰਨਾ ਪਿਆਰਿਓ ਇਥੇ ਸ਼ਬਦ ਆ ਗਿਆ ਨਾ ਮੈਂ ਮੈਂ ਦੇ ਵਿੱਚੋਂ ਹੰਕਾਰ ਚਲਕਦਾ ਹੈ ਸਤਿਗੁਰੂ ਕਹਿੰਦੇ ਹਰ ਜੀਓ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ ਉਹਨੂੰ ਹੰਕਾਰ ਨਹੀਂ ਪਾਉਂਦਾ ਹੰਕਾਰ ਨਹੀਂ ਪਾਉਂਦਾ ਭਾਵੇਂ ਤੂੰ ਵੇਦਾਂ ਦਾ ਗਿਆਤਾ ਹੋਵੇਂ ਭਾਵੇਂ ਤੂੰ 101 ਜੱਗ ਕਰਦੇਂ ਭਾਵੇਂ ਤੂੰ ਸਿਉਨੇ ਚਾਂਦੀ ਦਾ ਲਾਲਚ ਵੀ ਗੁਰੂ ਨੂੰ ਦੇ ਦੇ ਗੁਰੂ ਤੇਰੇ ਤੇ ਮੋਇਤ ਨਹੀਂ ਹੋਏਗਾ ਭਾਉਂਦਾ ਨਹੀਂ ਹੈ ਉਹਨੂੰ ਤੂੰ ਤੋ ਯਾਦ ਰੱਖੀ ਉਹਦਾ ਭਾਉਣਾ ਕੀ ਹੈ ਉਹਨੂੰ ਹੰਕਾਰ ਨਹੀਂ ਪਾਉਂਦਾ ਉਹਨੂੰ ਪਾਉਂਦਾ ਹੈ ਉਹ ਪਿਆਰ ਪਾਉਂਦਾ ਹੈ ਉਹ ਅੰਦਰਲੀ ਭਾਵਨਾ ਵੇਖਦਾ ਹੈ ਅੰਦਰਲਾ ਸਤਕਾਰ ਵੇਖਦਾ ਆ ਫਰਕ ਤੇ ਇੱਥੇ ਹੈ ਪਿਆਰਿਓ ਪਾਠ ਕਰੋ ਗੁਰਬਾਣੀ ਪੜੋ ਗੁਰੂ ਘਰ ਜਾਓ ਪਰ ਗੁਰੂ ਦੀ ਮੰਨੋ ਵੀ ਮੰਨਿਆ ਹੀ ਸਾਰਾ ਕੁਝ ਹੋਣਾ ਹੈ ਮੰਨ ਕੇ ਹੀ ਬਹੁਤ ਕੁਝ ਹੋਣਾ ਹੈ ਜੇ ਮੰਨਾਂਗੇ ਫੇਰ ਹੀ ਗੱਲ ਬਣਨੀ ਐ ਜੀਵਨ ਦੇ ਵਿੱਚ ਸੁਧਾਰ ਗੁਰੂ ਦੀ ਗੱਲ ਮੰਨ ਕੇ ਹੀ ਹੋਣਾ ਤੇ ਐਦਾਂ ਨਹੀਂ ਹੋਣਾ ਜੇ ਆਪਾਂ ਕਈਏ ਵੀ ਮੈਂ ਤੇ ਜਗ ਕਰਤੇ ਮੈਂ ਪਾਠ ਕਰਾਤੇ ਇਹ ਚੀਜ਼ਾਂ ਨਾਲ ਸਿਰਫ ਹੰਕਾਰ ਇਕੱਠਾ ਹੁੰਦਾ ਮੈਂ ਬੇਨਤੀ ਕਰਾਂ ਜੋ ਤੁਸੀਂ ਕਰਤਾ ਉਹਨੂੰ ਭੁੱਲ ਜਾਓ ਉਹਨੂੰ ਕਹਿ ਵੀ 파ਰਸ਼ਾ ਤੂੰ ਹੀ ਕਰਾਉਣ ਆਰਾ ਆਂ ਕਰਨ ਕਰਾਵਨ ਹਰ ਆਪੇ ਆਪ ਉਹ ਆਪੇ ਕਰਾਉਣ ਆ ਰਹਿ ਜੀ ਮੈਂ ਕੌਣ ਹੁਣਾ ਇਹ ਕੰਮ ਕਰਨ ਵਾਲਾ ਉਹਨੇ ਕਰਾ ਲਿਆ ਤੇ ਮੈਂ ਕਰਤਾ ਉਹਨੇ ਬੁਲਾਇਆ ਤੇ ਮੈਂ ਉਹਦੇ ਦਰਸ਼ਨ ਕਰ ਲਏ ਜੇ ਉਹਨੇ ਚਾਇਆ ਤੇ ਮੈਂ ਗੁਰਬਾਣੀ ਦਾ ਪਾਠ ਕਰ ਲਿਆ ਜੇ ਉਹਨੇ ਚਾਇਆ ਤੇ ਅੱਜ ਦਾ ਮੈਂ ਸੂਰਜ ਵੇਖ ਲਿਆ ਨਹੀਂ ਮੇਰੀ ਕੀ ਔਕਾਤ ਹੈ ਕਿ ਮੈਂ ਸਭ ਕੁਝ ਕਰ ਲਾਂ ਇਸ ਕਰਕੇ ਪਿਆਰਿਓ ਗੁਰੂ ਨੂੰ ਲਾਂਭੇ ਦੇਣਾ ਬੰਦ ਕਰੀਏ ਆਪਣੇ ਆਪ ਨੂੰ ਪਹਿਚਾਣੀਏ ਗੁਰੂ ਦੀ ਸੁਣੀਏ ਤੇ ਮੰਨੀਏ ਤੇ ਗੱਲ ਫੇਰ ਬਣਨੀ ਹੈ ਇਸ ਕਰਕੇ ਇਹਨੀਆਂ ਕੁ ਬੇਨਤੀਆਂ ਪਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ